ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਔਰ ਪਿਛਲੇ ਦਿਨਾਂ ਕਈ ਨੁਕਸਾਨ ਤੋਂ ਬਾਅਦ ਹੁਣ ਪ੍ਰਸ਼ਾਸਨ ਜ਼ਰੂਰ ਜਾਗਦਾ ਨਜ਼ਰ ਆ ਰਿਹਾ। ਜਿੰਨੇ ਵੀ ਜਿਹੜੇ ਪੁੱਲ ਨੇ, ਪਟਿਆਲਾ ਦੀ ਰਾਹ ਹੋਵੇ ਜਾਂ ਘੱਗਰ ਹੋਵੇ, ਉੱਥੇ ਹੁਣ ਪੂਰਾ ਪ੍ਰਸ਼ਾਸਨ ਦੇ ਜਿਹੜੇ ਇੱਥੇ ਕਰਮਚਾਰੀ ਹੈ ਉਹ ਲਾਏ ਹੋਏ ਨੇ ਪੂਰੇ, ਕਿਉਂਕਿ ਕਿਸੇ ਵੀ ਟਾਈਮ ਜਿਹੜਾ ਓਵਰਫਲੋ ਹੋ ਸਕਦਾ ਔਰ ਕਈ ਨੁਕਸਾਨ ਜਿਹੜੇ ਪਿਛਲੇ ਦਿਨਾਂ ਹੋਏ ਹੈ ਉਹਨਾਂ ਨੂੰ ਵੇਖਦੇ ਹੋਏ ਹੁਣ ਪ੍ਰਸ਼ਾਸਨ ਵੱਲੋਂ ਇੱਥੇ ਨਾਲ ਦੇ ਨਾਲ ਹੀ ਇੱਥੇ JCB ਪੱਕੀ ਖੜਾਈ ਹੋਈ ਹੈ ਕਿ ਨਾਲ ਦੇ ਨਾਲ ਜਿਹੜੇ ਵੀ ਨੀਚੋਂ ਪਾਈਪ ਜਾ ਰਹੇ ਆ ਉਹਨਾਂ ਦੀ ਸਫਾਈ ਹੁੰਦੀ ਰਹੇ ਅਤੇ ਕੋਈ ਓਵਰਫਲੋ ਨਾ ਹੋਵੇ। ਜੇਕਰ ਤੇਜ਼ ਬਰਸਾਤ ਹੁੰਦੀ ਹੈ, ਓਵਰਫਲੋ ਹੁੰਦਾ ਹੈ ਤਾਂ ਇਹ ਪੂਰਾ ਰੋਡ ਜਿਹੜਾ ਉਹਨੂੰ ਬੰਦ ਕਰ ਦਿੱਤਾ ਜਾਵੇ। ਹਾਲਾਂਕਿ ਇੱਥੇ ਪੂਰੀ JCB ਲਗਾ ਕੇ ਹੋਰ ਵੀ ਜਿਹੜੇ ਇੱਥੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਖੜਾ ਕਰਾਇਆ ਗਿਆ ਹੈ ਕਿ ਕਿਸੇ ਵੀ ਜੇਕਰ ਕੋਈ ਓਵਰਫਲੋ ਹੁੰਦਾ ਹੈ ਤਾਂ ਉਸ ਨੂੰ ਸਾਰਿਆਂ ਨੂੰ ਇੱਥੇ ਹੀ ਰੋਕਿਆ ਜਾ ਸਕੇ, ਕਿਉਂਕਿ ਜਦ ਇਹ 48 ਘੰਟਿਆਂ ਦੀ ਜਿਹੜੀ ਇੱਥੇ ਮੀਂਹ ਪਿਆ ਸੀ, ਤੇਜ਼ ਬਰਸਾਤ ਹੋਇਆ ਸੀਗਾ ਤਾਂ ਇੱਥੇ ਗੱਡੀਆਂ ਵੀ ਜਿਹੜੀਆਂ ਉਹ ਰੁੜੀ ਸੀ, ਬਾਈਕ ਬਲੈਰੋ ਗੱਡੀ ਜਿਹੜੀ ਆ ਰੁੜੀ ਸੀ, ਜਿਸ ਕਰਕੇ ਕਾਫੀ ਨੁਕਸਾਨ ਹੁੰਦਾ ਬਚ ਗਿਆ। ਹਾਲਾਂਕਿ ਰਾਹਤ ਦੀ ਗੱਲ ਹੈ ਕਿ ਇੱਥੇ ਬੰਦਿਆਂ ਦਾ ਤਾਂ ਬਚਾਅ ਹੋ ਗਿਆ, ਲੇਕਿਨ ਕਈ ਗੱਡੀਆਂ ਪਿਛਲੇ ਦਿਨਾਂ ਇੱਥੇ ਓਵਰਫਲੋ ਕਰਕੇ ਜਿਹੜੀ ਹੈ ਉਹ ਕਾਫੀ ਨੁਕਸਾਨ ਆ ਗਈ, ਜਿਸ ਕਰਕੇ ਇੱਥੇ ਪੂਰਾ ਓਵਰਫਲੋ ਹੋ ਜਾਂਦਾ। ਪਟਿਆਲਾ ਦੀ ਰਾਹ ਹੋਇਆ ਇਸ ਕਰ ਜਿੰਨੇ ਵੀ ਜਿਹੜੇ ਇੱਥੇ ਪੂਰੇ ਬੈਰੀਕੇਟਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਬੈਰੀਕੇਟਿੰਗ ਜਦ ਓਵਰਫਲੋ ਹੋਏਗਾ ਤੇ ਨਾਲ ਦੇ ਨਾਲ ਹੀ ਇਹ ਰੋਡ ਬੰਦ ਕਰਨ ਦੇ ਜਿਹੜੇ ਆਰਡਰਸ ਹੈ ਉਹ ਕੀਤੇ ਗਏ ਨੇ। ਇਸ ਕਰਕੇ ਇੱਥੇ ਪੂਰੀ ਪ੍ਰਸ਼ਾਸਨ ਦੀ ਤਰਫ ਤੋਂ ਇੱਥੇ ਪੂਰੀ ਟੀਮ ਖੜੀ ਕਰਾਈ ਹੋਈ ਹੈ, ਟੀਮ ਇੱਥੇ 24 ਘੰਟੇ ਦੇ ਵਾਸਤੇ ਖੜੀ ਕਰਾਈ, ਯਾਨੀ ਕਿ ਇਹਨਾਂ ਦੀ ਪੂਰੀ ਪੱਕੀ ਇੱਥੇ ਤੈਨਾਤੀ ਕੀਤੀ ਗਈ ਹੈ। JCB ਟਰੱਕ ਤੇ ਹੋਰ ਵੀ ਜਿਹੜੇ ਇੱਥੇ ਪ੍ਰਸ਼ਾਸਨ ਵੱਲੋਂ ਜਿਹੜੇ ਇੱਥੇ ਕਰਮਚਾਰੀ ਹੈ ਉਹਨਾਂ ਨੂੰ ਇੱਥੇ ਸਟੈਂਡ ਹਾਂਜੀ ਉਹ ਆ ਜਾ ਵਾਕ ਥਰੂ ਕਰ ਰਹਾ ਹੂੰ ਆ ਜਾ ਇਸ ਕੇ ਆਪਣਾ ਲੈਫਟ ਕੋ ਹਾਂ ਓਕੇ ਚਲੋ ਜੀ ਹਾਂਜੀ। ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ, ਹਾਲਾਂਕਿ ਤੇਜ਼ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ। ਪਟਿਆਲਾ ਦੀ ਰਾਹ ਦੀ ਗੱਲ ਕਰ ਲਈਏ, ਘੱਗਰ ਦੀ ਗੱਲ ਕਰ ਲਈਏ, ਨਦੀ ਨਾਲਿਆਂ ਦੀ ਗੱਲ ਕਰ ਲਈਏ, ਉੱਥੇ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਉੱਥੇ ਓਵਰ ਜੋ ਫਲੋ ਹੁੰਦਾ ਪਾਣੀ ਤਾਂ ਤੁਸੀਂ ਆਪਣੀ ਗੱਡੀਆਂ ਨੂੰ ਲੈ ਕੇ ਜਾਂ ਖੁਦ ਤੁਸੀਂ ਲੰਘਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਪਿਛਲੇ ਦਿਨਾਂ ਕਾਫੀ ਨੁਕਸਾਨ ਜਿਹੜਾ ਉਹ ਸਾਹਮਣੇ ਆਇਆ, ਕਈ ਜਾਨਾਂ ਜਿਹੜੀ ਹੈਗੀ ਉਹ ਗਈ, ਅਨਫੋਰਚੁਨੇਟ ਮੌਤਾਂ ਹੋਈ ਹੈ। ਅਸੀਂ ਮੌਜੂਦ ਹਾਂ, ਪਿਛਲੇ ਦਿਨਾਂ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ, ਪਟਿਆਲਾ ਦੀ ਰਾਹ ਚੰਡੀਗੜ੍ਹ ਤੇ ਪੰਜਾਬ ਦਾ ਬਾਰਡਰ ਏਰੀਆ ਪੈਂਦਾ ਉਸੇ ਥਾਂ ਤੇ, ਹਾਲਾਂਕਿ ਹਜੇ ਫਿਲਹਾਲ ਕਿਉਂਕਿ ਸਵੇਰ ਤੋਂ ਬਰਸਾਤ ਹੋ ਰਹੀ ਸੀ, ਹਾਲਾਂਕਿ ਹਜੇ ਫਿਲਹਾਲ ਓਵਰਫਲੋ ਨਹੀਂ ਹੈ, ਲੇਕਿਨ ਪਿਛਲੇ ਦਿਨਾਂ ਹੋਏ ਹਾਦਸਿਆਂ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਜ਼ਰੂਰ ਜਾਗੀ ਹੈ, ਕਿਉਂਕਿ ਇੱਥੇ ਹੁਣ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟਾਈਮ ਟੂ ਟਾਈਮ ਇੱਥੇ ਪੂਰਾ ਜਾਇਜ਼ਾ ਲਿੱਤਾ ਜਾ ਰਿਹਾ, ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਵੀ ਇੱਥੇ ਖੜਾ ਕਰਾਇਆ ਗਿਆ, ਯਾਨੀ ਕਿ ਜੇਕਰ ਓਵਰਫਲੋ ਹੁੰਦਾ ਹੈ, ਕਿਉਂਕਿ ਇਹ ਪਟਿਆਲਾ ਦੀ ਰਾਹ ਹੈ, ਜੇਕਰ ਅਚਾਨਕ ਜਿਹੜਾ ਓਵਰਫਲੋ ਹੁੰਦਾ ਹੈ, ਪਾਣੀ ਆਉਂਦਾ ਹੈ, ਪੁੱਲ ਬੰਦ ਹੁੰਦਾ, ਇਸ ਨੂੰ ਪੂਰੀ ਪੱਕੇ ਤੌਰ ਤੇ ਜਿਹੜਾ ਉਹ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਕਿ ਜੇਕਰ ਕੋਈ ਓਵਰਫਲੋ ਹੁੰਦਾ ਤਾਂ ਤੁਸੀਂ ਬੈਰੀਕੇਟਿੰਗ ਲਾ ਕੇ ਪੂਰੀ ਤਰ੍ਹਾਂ ਇਸ ਨੂੰ ਬੰਦ ਕੀਤਾ ਜਾਵੇ, ਕਿਉਂਕਿ ਕਈ ਲੋਕ ਓਵਰਫਲੋ ਤੇ ਵੀ ਕੋਸ਼ਿਸ਼ ਕਰਦੇ ਆ ਪਾਰ ਕਰਨ ਦੀ, ਜਿਸ ਕਰਕੇ ਕਈ ਵੱਡੇ ਹਾਦਸੇ ਜਿਹੜੇ ਉਹ ਪਿਛਲੇ ਦਿਨਾਂ ਦੇ ਵਿੱਚ ਹੋਏ ਆ। ਇਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਥੇ ਪੂਰੇ ਐਡਮਿਨਿਸਟ੍ਰੇਸ਼ਨ ਦੇ ਟਰੱਕ JCB ਉਹ ਸਾਰੇ ਇੱਥੇ ਲਾਏ ਹੋਏ ਨੇ। ਹਾਲਾਂਕਿ ਪਿਛਲੇ ਦਿਨਾਂ ਦੀ ਅਸੀਂ ਗੱਲ ਕਰ ਲਈਏ, 48 ਘੰਟੇ ਦੇ ਮੀਂਹ ਤੋਂ ਬਾਅਦ ਕਾਫੀ ਓਵਰਫਲੋ ਦੇ ਜਿਹੜੇ ਇੱਥੇ ਪੂਰਾ ਜਿਹੜਾ ਪੁੱਲ ਹੈ ਉਹ ਭਰ ਗਿਆ ਸੀਗਾ, ਹਾਲਾਂਕਿ ਕਈ ਗੱਡੀਆਂ ਵੀ ਇੱਥੇ ਰੁੜੀ ਸੀ, ਜਿਸ ਕਰਕੇ ਪ੍ਰਸ਼ਾਸਨ ਵੱਲੋਂ ਹੁਣ ਹੁਕਮ ਦਿੱਤੇ ਗਏ ਨੇ, ਇੱਥੇ ਟੀਮਾਂ ਵੀ ਇੱਥੇ ਲਾਈ ਗਈਆਂ, ਯਾਨੀ ਕਿ ਟੀਮਾਂ ਇੱਥੇ ਦੇ ਵੀ ਜਿਹੜੇ ਪ੍ਰਸ਼ਾਸਨਿਕ ਦੇ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਲਾ ਦਿੱਤਾ ਗਿਆ ਹੈ ਕਿ ਜੇਕਰ ਓਵਰਫਲੋ ਹੁੰਦਾ ਹੈ ਤਾਂ ਨਾਲ ਦੇ ਨਾਲ ਇਸ ਰੋਡ ਨੂੰ ਬੰਦ ਕੀਤਾ ਜਾਵੇ। ਹਾਲਾਂਕਿ
ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਅਲਰਟ ਜਾਰੀ ਕੀਤਾ ਗਿਆ, ਨਦੀ ਨਾਲੇ ਜਿਹੜੇ ਹੈ ਉਹ ਭਰਨ ਦੀ ਜਿਹੜੀ ਗੱਲ ਕੀਤੀ ਗਈ ਹੈ। ਇਸ ਕਰਕੇ ਜਿੰਨੇ ਵੀ ਜਿਹੜੇ ਪੁੱਲ ਨੇ ਨਦੀ ਨਾਲੇ ਹੈ ਜਾਂ ਘੱਗਰ ਹੈ ਉਹਦੇ ਨੇੜੇ ਤੇੜੇ ਜਾਣ ਤੇ ਪਰਹੇਜ਼ ਕਰੋ। ਇਹ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਹੈ ਉਹ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਨਾਲ ਦੇ ਨਾਲ ਇੱਥੇ ਕਾਫੀ ਇਤਿਹਾਸ ਜਿਹੜੀ ਹੈ ਉਹ ਵੀ ਪੂਰਾ ਇਸ ਨੂੰ ਮੈਨੇਟ ਵਰਕ ਇੱਥੇ ਪੂਰਾ ਕੰਮ ਜਿਹੜਾ ਹੈਗਾ ਇੱਥੇ ਲੱਗੇ ਹੋਏ ਨੇ। ਜਿਹੜੇ ਮੁਲਾਜ਼ਮ ਨੇ ਪ੍ਰਸ਼ਾਸਨ ਦੇ ਜਿਹੜੇ ਇੱਥੇ ਵਰਕਰਸ ਨੇ ਉਹਨਾਂ ਵੱਲੋਂ ਪੂਰਾ ਕੰਮ ਕੀਤਾ ਜਾ ਰਿਹਾ ਔਰ ਪੱਕੀ ਡਿਊਟੀ 24 ਘੰਟੇ ਇੱਥੇ ਪੂਰੀ ਡਿਊਟੀ ਦਿੱਤੀ ਹੋਈ ਹੈ ਕਿ ਜੇਕਰ ਕੋਈ ਐਮਰਜੈਂਸੀ ਹੁੰਦੀ ਓਵਰਫਲੋ ਹੁੰਦਾ ਹੈ ਤਾਂ ਨਾਲ ਦੇ ਨਾਲ ਹੀ ਇਸ ਰੋਡਸ ਨੂੰ ਜਿਹੜਾ ਉਹ ਬਲੋਕ ਕੀਤਾ ਜਾਵੇ।